जेटली पंजाब सरकार दा नशे दा लक तोड़न दा दावा एक बार फिर तो खोखला साबित होया है। पर अक्सर असि सुनदे हां कि नशेड़ियां नू पुलिस मुलाजमां दा बड़ा डर हुंदा है, पर अज जो घटना सामने आई है बठिंडा तो दसी जा रही है कि एक पंजाब पुलिस दे मुलाजम वल्लों चिट्टे दा टीका लगाया गया, बेसुध हालत दे विचों मिलिया ते उसनू जदों हस्पताल लिजाया गया तां मारा वल्लों डॉक्टरां वल्लों इस गल दा स्पष्टीकरण दिता गया। इस गल ते जिहड़ी स्टेटमेंट डॉक्टरां दी सामने आई है कि इस मुलाजम दे वल्लों चिट्टे दा टीका लगाया गया सी, तस्वीरां तुहानू दिखावांगे। पंजाब पुलिस दा इह मुलाजम, जिस मुलाजम नू हस्पताल लिजाण वाले लोकां ने भी यही दावा कीता है कि नशे दा टीका जिहड़ा है, नशे दा सेवन कीता गया सी इस मुलाजम दे वल्लों। तां जेकर पंजाब पुलिस आप ही इस दलदल दे विच धस रही है तां दलदल दे विच धस रहे होर लोक जिहड़े चिट्टे दे आदी ने या नशे दे आदी ने उन्हां नू किसदा डर रहेगा, इह वड्डा सवाल है। पर पंजाब सरकार दे दावे नू भी एक बार फिर तो इस घटना ने खोखला साबित कर दिता है। तस्वीरां साढ़े तक पहुंचियां ने, उह दिखावांगे ते सुनावांगे। डॉक्टर्स ने जिहड़े डॉक्टर इस वेले इलाज कर रहे ने क्योंकि इस मुलाजम दी हालत गंभीर दसी जा रही है, जेरे इलाज है मुलाजम। तस्वीरां दा रुख करांगे ते सुनावांगे प्रत्यक्ष दर्शी ते डॉक्टर की कह रहे ने। पंजाब विच जो नशे दा लक तोड़न दे सरकारी दावयां दा भरोसा करदे ने उहनां लोकां नूं साडी इह खबर हिला के रख देवेगी। ਜ਼ਰੂਰ ਇਹ ਖਬਰ ਉਹਨਾਂ ਲੋਕਾਂ ਨੂੰ ਦੇਖਣੀ ਬਣਦੀ ਹੈ। ਬਠਿੰਡਾ ਦੇ ਵਿੱਚ ਅੱਜ ਇੱਕ ਪੁਲਿਸ ਦਾ ਜਵਾਨ ਚਿੱਟੇ ਦੇ ਨਸ਼ੇ ਵਿੱਚ ਸੁੱਟ ਮਿਲਿਆ ਔਰ ਬੇਹੋਸ਼ੀ ਦੀ ਹਾਲਤ ਦੇ ਵਿੱਚ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਗਿਆ ਜਿੱਥੇ ਗੰਭੀਰ ਅਵਸਥਾ ਦੇ ਵਿੱਚ ਉਸਦਾ ਇਲਾਜ ਚੱਲ ਰਿਹਾ ਹੈ। ਵਿਖਾਉਂਦੇ ਹਾਂ ਪੂਰੀ ਖਬਰ। ਹਾਂਜੀ ਠੀਕ, ਕੀ ਗੱਲ ਕੀ ਹੋਈ ਸੀ? ਮੈਂ ਸਾਹਮਣੇ ਦੁਕਾਨ ਤੇ ਖੜਾ ਸੀ ਡੈਰੀ ਤੇ। ਹਾਂ ਠੀਕ ਹੈ ਜੀ, ਇਧਰੋਂ ਮੁਲਾਜ਼ਮਾਂ ਨੇ ਗੇਟ ਬੰਦ ਕੀਤਾ, ਮੈਂ ਸਭ ਨੇ ਲਾਤੀ ਹੈ, ਸਭ ਨੇ ਆਇਆ ਦੇਖਿਆ ਤਾਂ ਮੁਲਾਜ਼ਮਾਂ ਨੇ ਗੇਟ ਨਹੀਂ ਖੋਲਿਆ। ਉਦੋਂ ਬਾਅਦ ਜਿਹੜੇ ਕਰਮਚਾਰੀ ਇੱਥੋਂ ਦੇ ਉਹਨਾਂ ਨੇ ਗੇਟ ਖੋਲਿਆ ਤੇ ਮੈਂ ਅੰਦਰ ਆਇਆ। ਇੱਥੇ ਇੱਕ ਪੁਲਿਸ ਪੰਜਾਬ ਪੁਲਿਸ ਦਾ ਮੁਲਾਜ਼ਮ ਇੱਥੇ ਪਿਆ ਸੀਗਾ, ਜਿਹਦੀ ਬਾਥਰੂਮ ਵਾਲੀ ਜਗ੍ਹਾ ਤੇ ਇੰਜੈਕਸ਼ਨ ਲੱਗਿਆ ਹੋਇਆ। ਕੀ ਲੱਗਿਆ ਹੋਇਆ ਸੀ? ਇੰਜੈਕਸ਼ਨ ਲੱਗਿਆ ਹੋਇਆ ਸੀ। ਉਹ ਆ ਕੇ ਸਾਰਾ ਜੰਤਰੀ ਵਾਲੀ ਟੀਮ ਨੇ ਇੰਜੈਕਸ਼ਨ ਕੱਢਿਆ ਤੇ ਉਹ ਐਂਬੂਲੈਂਸ ਪਾ ਕੇ ਗਏ। ਕਿੱਥੇ ਡਿਊਟੀ ਲੱਗ ਕਰਦਾ ਸੀਗਾ ਉਹ? ਡਿਊਟੀ ਤਾਂ ਨਹੀਂ ਪਤਾ ਜੀ, ਉਹਦਾ ਵਹੀਕਲ ਖੜਾ ਇੱਥੇ। ਵਰਦੀ ਪਾਈ ਹੋਈ ਸੀ? ਵਰਦੀ ਪਾਈ ਹੋਈ ਸੀ ਜੀ, ਉਹਦੀ ਬੈਲਟ ਮੈਂ ਕੱਢ ਕੇ ਪੀਸੀਆਰ ਦੇ ਮੁਲਾਜ਼ਮਾਂ ਨੂੰ ਦੇ। ਕਿੰਨੇ ਜਣੇ ਸੀਗੇ? ਉਹ ਕੱਲੇ ਹੀ ਸੀ। ਦਰਵਾਜ਼ਾ ਵੀ ਖੋਲ ਦਰਵਾਜ਼ਾ ਜਦੋਂ ਮੈਂ ਆਇਆ ਉਦੋਂ ਮੁਲਾਜ਼ਮਾਂ ਨੇ ਖੋਲਿਆ ਸੀ। ਅੱਛਾ, ਉਹ ਖੋਲਦੇ ਸਾਰੇ ਇੱਥੇ ਡਿੱਗ ਚੁੱਕਿਆ ਸੀ। ਮੇਰਾ ਨਾਮ ਮਣੀਕਰਨ ਸ਼ਰਮਾ ਹੈ, ਮੈਂ ਸਹਾਰਾ ਜਨ ਸੇਵਾ ਦਾ ਮੈਂਬਰ ਹੈ। ਸਾਨੂੰ ਸਹਾਰਾ ਕੰਟਰੋਲ ਰੂਮ 'ਤੇ ਇੱਕ ਕਾਲ ਆਈ ਸੀਗੀ, ਪਰਸ਼ਾਮ ਨਗਰ ਚੌਂਕ ਦੇ ਵਿੱਚ ਪਬਲਿਕ ਬਾਥਰੂਮ ਦੇ ਵਿੱਚ ਇੱਕ ਬੰਦਾ ਡਿੱਗਿਆ ਪਿਆ। ਅਸੀਂ ਮੌਕੇ 'ਤੇ ਜਾ ਕੇ ਦੇਖਿਆ ਤਾਂ ਉਹ ਇੱਕ ਪੁਲਿਸ ਮੁਲਾਜ਼ਮ ਸੀਗਾ। ਅਸੀਂ ਉਹਨੂੰ ਸਿਵਲ ਹੋਸਪਿਟਲ ਲੈ ਕੇ ਆਏ ਹਾਂ, ਬਾਕੀ ਪੁਲਿਸ ਵੀ ਪਹੁੰਚ ਗਈ ਅਤੇ ਡਾਕਟਰ ਸਾਹਿਬ ਉਹਦੇ ਇੰਜੈਕਸ਼ਨ ਲੱਗਿਆ ਹੋਇਆ ਸੀਗਾ ਜੀ, ਅਤੇ ਉਹਦੀ ਜੇਬ 'ਚ ਇੱਕ ਲਾਈਟਰ, ਜਸਪ੍ਰੀਤ ਉਹਦਾ ਨਾਮ ਹੈ, ਪੁਲਿਸ ਲਾਈਨ ਦਾ ਮੁਲਾਜ਼ਮ ਕਹਿੰਦਾ। ਹਾਲਾਤ ਉਹਦੇ ਗੰਭੀਰ ਹੀ ਹੈ ਜੀ। ਇੱਕ ਸਾਰਾ ਜਨ ਸੇਵਾ ਦੇ ਵਰਕਰ ਸਾਡੇ ਕੋਲ ਇੱਕ ਪੁਲਿਸ ਮੁਲਾਜ਼ਮ ਨੂੰ ਲੈ ਕੇ ਆਏ ਨੇ, ਇਹਦਾ ਨਾਂ ਜਸਪ੍ਰੀਤ ਸਿੰਘ ਹੈ ਅਤੇ ਪੁਲਿਸ ਲਾਈਨ 'ਚ ਇਹਦੀ ਤੈਨਾਤੀ ਹੈਗੀ। ਇਹ ਬੰਦੇ ਨੇ ਮਤਲਬ ਕਿ ਚਿੱਟੇ ਦਾ ਟੀਕਾ ਲਾਇਆ ਹੋਇਆ ਸੀਗਾ ਅਤੇ ਬੇਹੋਸ਼ੀ ਦੀ ਹਾਲਤ ਵਿੱਚ ਹੈਗਾ, ਇਹਦੀ ਹਾਲਤ ਕਾਫੀ ਜ਼ਿਆਦਾ ਸੀਰੀਅਸ ਹੈ। ਅਸੀਂ ਨਾਲ ਦੀ ਨਾਲ ਪੁਲਿਸ ਲਾਈਨ 'ਚ ਇਨਫੋਰਮ ਕਰਤਾ, ਪੁਲਿਸ ਲਾਈਨ ਦੇ ਉੱਤੋਂ ਜਿਹੜਾ ਲਾਈਨ ਅਫਸਰ ਹੈ ਉਹ ਖੁਦ ਆ ਗਿਆ ਇੱਥੇ ਅਤੇ ਅਸੀਂ ਉਹਨੂੰ ਇੱਕ ਵਾਰੀ ਮੁੱਢਲਾ ਟ੍ਰੀਟਮੈਂਟ ਦੇ ਕੇ ਰੈਫਰ ਕਰਤਾ ਹੈਗਾ। ਇੱਥੇ ਕਿਸੇ ਵੀ ਉੱਚ ਸੰਸਥਾ 'ਚ ਜਿੱਥੇ ਵੈਂਟੀਲੇਟਰ ਦੀ ਸੁਵਿਧਾ ਹੋਵੇ। ਨਹੀਂ ਸੀਰੀਅਸ ਆ ਜੀ ਉਹ। ਸੋ ਕਿਤੇ ਨਾ ਕਿਤੇ ਇਹ ਉਹ ਸਰਕਾਰੀ ਦਾਅਵਿਆਂ ਦਾ ਕੌੜਾ ਸੱਚ ਹੈ ਜੋ 4 ਹਫ਼ਤਿਆਂ ਦੇ ਵਿੱਚ ਪੰਜਾਬ ਦੇ ਵਿੱਚ ਨਸ਼ੇ ਦਾ ਲੱਕ ਤੋੜਨ ਦੀ ਗੱਲ ਕਰਦੇ ਸੀ, ਔਰ ਇਹ ਉਹ ਕੌੜਾ ਸੱਚ ਹੈ ਜੋ ਉਹਨਾਂ ਪੁਲਿਸ ਵਾਲਿਆਂ 'ਤੇ ਸਵਾਲ ਉਠਾ ਰਿਹਾ, ਉਸ ਵਰਦੀ 'ਤੇ ਸਵਾਲ ਉਠਾ ਰਿਹਾ ਜਿਸਦੇ ਸਿਰ ਜ਼ਿੰਮੇਵਾਰੀ ਹੈ ਪੰਜਾਬ ਦੇ ਵਿੱਚੋਂ ਚਿੱਟੇ ਦਾ ਨਸ਼ਾ ਖਤਮ ਕਰਨ ਦੀ। ਪੰਜਾਬ ਵਿੱਚ ਜੋ ਨਸ਼ੇ ਦਾ ਲੱਕ ਤੋੜਨ ਦੇ ਸਰਕਾਰੀ ਦਾਅਵਿਆਂ ਦਾ ਭਰੋਸਾ ਕਰਦੇ ਨੇ ਉਹਨਾਂ ਲੋਕਾਂ ਨੂੰ ਸਾਡੀ ਇਹ ਖਬਰ ਹਿਲਾ ਕੇ ਰੱਖ ਦੇਵੇਗੀ। ਜ਼ਰੂਰ ਇਹ ਖਬਰ ਉਹਨਾਂ ਲੋਕਾਂ ਨੂੰ ਦੇਖਣੀ ਬਣਦੀ ਹੈ। ਬਠਿੰਡਾ ਦੇ ਵਿੱਚ ਅੱਜ ਇੱਕ ਪੁਲਿਸ ਦਾ ਜਵਾਨ ਚਿੱਟੇ ਦੇ ਨਸ਼ੇ ਵਿੱਚ ਟੁੰਨ ਮਿਲਿਆ ਔਰ ਬੇਹੋਸ਼ੀ ਦੀ ਹਾਲਤ ਦੇ ਵਿੱਚ ਉਸਨੂੰ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਗਿਆ ਜਿੱਥੇ ਗੰਭੀਰ ਅਵਸਥਾ ਦੇ ਵਿੱਚ ਉਸਦਾ ਇਲਾਜ ਚੱਲ ਰਿਹਾ ਹੈ। ਵਿਖਾਉਂਦੇ ਹਾਂ ਪੂਰੀ ਖਬਰ। ਕੀ ਗੱਲ ਕੀ ਹੋਈ ਸੀ? ਮੈਂ ਸਾਹਮਣੇ ਦੁਕਾਨ ਤੇ ਖੜਾ ਸੀ ਡੈਰੀ ਤੇ। ਹਾਂ ਠੀਕ ਹੈ ਜੀ, ਇਧਰੋਂ ਮੁਲਾਜ਼ਮਾਂ ਨੇ ਗੇਟ ਬੰਦ ਕੀਤਾ, ਮੈਂ ਬਾਥਰੂਮ ਕਰਨ ਦੇ ਬਹਾਨੇ ਆਇਆ, ਦੇਖਿਆ ਤਾਂ ਮੁਲਾਜ਼ਮਾਂ ਨੇ ਗੇਟ ਨਹੀਂ ਖੋਲਿਆ। ਉਦੋਂ ਬਾਅਦ ਜਿਹੜੇ ਕਰਮਚਾਰੀ ਇੱਥੋਂ ਦੇ ਉਹਨਾਂ ਨੇ ਗੇਟ ਖੋਲਿਆ ਤੇ ਮੈਂ ਅੰਦਰ ਆਇਆ। ਇੱਥੇ ਇੱਕ ਪੁਲਿਸ ਪੰਜਾਬ ਪੁਲਿਸ ਦਾ ਮੁਲਾਜ਼ਮ ਇੱਥੇ ਪਿਆ ਸੀਗਾ, ਜਿਹਦੀ ਬਾਥਰੂਮ ਵਾਲੀ ਜਗ੍ਹਾ ਤੇ ਇੰਜੈਕਸ਼ਨ ਲੱਗਿਆ ਹੋਇਆ। ਕੀ ਲੱਗਿਆ ਹੋਇਆ ਸੀ? ਇੰਜੈਕਸ਼ਨ ਲੱਗਿਆ ਹੋਇਆ ਸੀ। ਉਹ ਆ ਕੇ ਸਾਰਾ ਜੰਤਰੀ ਵਾਲੀ ਟੀਮ ਨੇ ਇੰਜੈਕਸ਼ਨ ਕੱਢਿਆ ਤੇ ਉਹ ਐਂਬੂਲੈਂਸ ਪਾ ਕੇ ਗਏ।
ਕਿੱਥੇ ਡਿਊਟੀ ਲੱਗ ਕਰਦਾ ਸੀਗਾ ਉਹ ਡਿਊਟੀ ਤਾਂ ਨਹੀਂ ਪਤਾ ਜੀ ਉਹਦਾ ਵਹੀਕਲ ਖੜਾ ਇੱਥੇ ਵਰਦੀ ਪਾਈ ਹੋਈ ਸੀ ਜੀ ਉਹਦੀ ਬੈਲਟ ਮੈਂ ਕੱਢ ਕੇ ਪੀਸੀਆਰ ਦੇ ਮੁਲਾਜ਼ਮਾਂ ਨੂੰ ਦੇ ਕਿੰਨੇ ਜਣੇ ਸੀਗੇ ਉਹ ਕੱਲੇ ਹੀ ਸੀ ਦਰਵਾਜ਼ਾ ਵੀ ਖੋਲ ਦਰਵਾਜ਼ਾ ਜਦੋਂ ਮੈਂ ਆਇਆ ਉਦੋਂ ਮੁਲਾਜ਼ਮਾਂ ਨੇ ਖੋਲੇ ਸੀ ਅੱਛਾ ਉਹ ਖੋਲ ਕੇ ਸਾਰੇ ਇੱਥੇ ਡਿੱਗ ਚੁੱਕੇ ਸੀ मेरा नाम मणिकरण शर्मा है। मैं सहारा जन सेवा का मैंबर हाँ। सानू सहारा कंट्रोल रूम से एक कॉल आई थी परस रामनगर चौंक के पब्लिक बाथरूम के एक बंदा डिग्गया पिया। असी मौके से जाके देखा तो वह एक पुलिस मुलाजम सीगा। असी उन्हें सिविल होस्पिटल लेके आए हैं। बाकी पुलिस भी पहुँच गई तो डॉक्टर साहब उन्हें इंजैक्शन लग्या होया जी तो जेब च एक लाइटर जसप्रीत उहदा नाम है पुलिस लाइन ਦਾ ਮੁਲਾਜ਼ਮ ਕਿਹਾ ਹਾਲਾਤ ਉਹਦੇ ਗੰਭੀਰ ਹੀ ਹੈ ਜੀ ਇੱਕ ਸਾਰਾ ਜਨ ਸੇਵਾ ਦੇ ਵਰਕਰ ਸਾਡੇ ਕੋਲ ਇੱਕ ਪੁਲਿਸ ਮੁਲਾਜ਼ਮ ਨੂੰ ਲੈ ਕੇ ਆਏ ਨੇ ਇਹਦਾ ਨਾਂ ਜਸਪ੍ਰੀਤ ਸਿੰਘ ਹੈ ਅਤੇ ਪੁਲਿਸ ਲਾਈਨ 'ਚ ਇਹਦੀ ਤੈਨਾਤੀ ਹੈਗੀ ਇਹ ਬੰਦੇ ਨੇ ਮਤਲਬ ਕਿ ਚਿੱਟੇ ਦਾ ਟੀਕਾ ਲਾਇਆ ਹੋਇਆ ਸੀਗਾ ਅਤੇ ਬੇਹੋਸ਼ੀ ਦੀ ਹਾਲਤ ਵਿੱਚ ਹੈਗਾ ਇਹਦੀ ਹਾਲਤ ਕਾਫੀ ਜ਼ਿਆਦਾ ਸੀਰੀਅਸ ਹੈ ਅਸੀਂ ਨਾਲ ਦੀ ਨਾਲ ਪੁਲਿਸ ਲਾਈਨ 'ਚ ਇਨਫੋਰਮ ਕਰਤਾ ਪੁਲਿਸ ਲਾਈਨ ਦੇ ਉੱਤੋਂ ਜਿਹੜਾ ਲਾਈਨ ਅਫਸਰ ਹੈ ਉਹ ਖੁਦ ਆ ਗਿਆ ਇੱਥੇ ਅਤੇ ਅਸੀਂ ਉਹਨੂੰ ਇੱਕ ਵਾਰੀ ਮੁੱਢਲਾ ਟ੍ਰੀਟਮੈਂਟ ਦੇ ਕੇ ਰੈਫਰ ਕਰਤਾ ਹੈਗਾ ਇੱਥੇ ਕਿਸੇ ਵੀ ਉੱਚ ਸੰਸਥਾ 'ਚ ਜਿੱਥੇ ਵੈਂਟੀਲੇਟਰ ਦੀ ਸੁਵਿਧਾ ਹੋਵੇ ਨਹੀਂ ਸੀਰੀਅਸ ਆ ਜੀ ਉਹ ਸੋ ਕਿਤੇ ਨਾ ਕਿਤੇ ਇਹ ਉਹ ਸਰਕਾਰੀ ਦਾਅਵਿਆਂ ਦਾ ਕੌੜਾ ਸੱਚ ਹੈ ਜੋ 4 ਹਫ਼ਤਿਆਂ ਦੇ ਵਿੱਚ ਪੰਜਾਬ ਦੇ ਵਿੱਚ ਨਸ਼ੇ ਦਾ ਲੱਕ ਤੋੜਨ ਦੀ ਗੱਲ ਕਰਦੇ ਸੀ ਔਰ ਇਹ ਉਹ ਕੌੜਾ ਸੱਚ ਹੈ ਜੋ ਉਹਨਾਂ ਪੁਲਿਸ ਵਾਲਿਆਂ 'ਤੇ ਸਵਾਲ ਉਠਾ ਰਿਹਾ ਉਸ ਵਰਦੀ 'ਤੇ ਸਵਾਲ ਉਠਾ ਰਿਹਾ ਜਿਸਦੇ ਸਿਰ ਜ਼ਿੰਮੇਵਾਰੀ ਹੈ ਪੰਜਾਬ ਦੇ ਵਿੱਚੋਂ ਚਿੱਟੇ ਦਾ ਨਸ਼ਾ ਖਤਮ ਕਰਨ ਦੀ ਪੰਜਾਬ ਵਿੱਚ ਜੋ ਨਸ਼ੇ ਦਾ ਲੱਕ ਤੋੜਨ ਦੇ ਸਰਕਾਰੀ ਦਾਅਵਿਆਂ ਦਾ ਭਰੋਸਾ ਕਰਦੇ ਨੇ ਉਹਨਾਂ ਲੋਕਾਂ ਨੂੰ ਸਾਡੀ ਇਹ ਖਬਰ ਹਿਲਾ ਕੇ ਰੱਖ ਦੇਵੇਗੀ ਜ਼ਰੂਰ ਇਹ ਖਬਰ ਉਹਨਾਂ ਲੋਕਾਂ ਨੂੰ ਦੇਖਣੀ ਬਣਦੀ ਹੈ ਬਠਿੰਡਾ ਦੇ ਵਿੱਚ ਅੱਜ ਇੱਕ ਪੁਲਿਸ ਦਾ ਜਵਾਨ ਚਿੱਟੇ ਦੇ ਨਸ਼ੇ ਵਿੱਚ ਟੁੰਨ ਮਿਲਿਆ ਔਰ ਬੇਹੋਸ਼ੀ ਦੀ ਹਾਲਤ ਦੇ ਵਿੱਚ ਉਸ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਗਿਆ ਜਿੱਥੇ ਗੰਭੀਰ ਅਵਸਥਾ ਦੇ ਵਿੱਚ ਉਸ ਦਾ ਇਲਾਜ ਚੱਲ ਰਿਹਾ ਵਿਖਾਉਂਦੇ ਹਾਂ ਪੂਰੀ ਖਬਰ ਕੀ ਗੱਲ ਕੀ ਹੋਈ ਸੀ ਮੈਂ ਸਾਹਮਣੇ ਦੁਕਾਨ ਤੇ ਖੜਾ ਸੀ ਡੈਰੀ ਤੇ ਹਾਂ ਠੀਕ ਹੈ ਜੀ ਇਧਰੋਂ ਮੁਲਾਜ਼ਮਾਂ ਨੇ ਗੇਟ ਬੰਦ ਕੀਤਾ ਮੈਂ ਬਾਥਰੂਮ ਕਰਨ ਦੇ ਬਹਾਨੇ ਆਇਆ ਦੇਖਿਆ ਤਾਂ ਮੁਲਾਜ਼ਮਾਂ ਨੇ ਗੇਟ ਨਹੀਂ ਖੋਲਿਆ ਉਦੋਂ ਬਾਅਦ ਜਿਹੜੇ ਕਰਮਚਾਰੀ ਇੱਥੋਂ ਦੇ ਉਹਨਾਂ ਨੇ ਗੇਟ ਖੋਲਿਆ ਤੇ ਮੈਂ ਅੰਦਰ ਆਇਆ ਇੱਥੇ ਇੱਕ ਪੁਲਿਸ ਪੰਜਾਬ ਪੁਲਿਸ ਦਾ ਮੁਲਾਜ਼ਮ ਇੱਥੇ ਪਿਆ ਸੀਗਾ ਜਿਹਦੀ ਬਾਥਰੂਮ ਵਾਲੀ ਜਗ੍ਹਾ ਤੇ ਇੰਜੈਕਸ਼ਨ ਲੱਗਿਆ ਹੋਇਆ ਕੀ ਲੱਗਿਆ ਹੋਇਆ ਸੀ ਇੰਜੈਕਸ਼ਨ ਲੱਗਿਆ ਹੋਇਆ ਸੀ ਉਹ ਆ ਕੇ ਸਾਰਾ ਜਨਤੇ ਵਾਲੀ ਟੀਮ ਨੇ ਇੰਜੈਕਸ਼ਨ ਕੱਢਿਆ ਤੇ ਉਹ ਐਂਬੂਲੈਂਸ 'ਚ ਪਾ ਕੇ ਕਿ ਕਿੱਥੇ ਡਿਊਟੀ ਲੱਗ ਕਰਦਾ ਸੀਗਾ ਉਹ ਡਿਊਟੀ ਤਾਂ ਨਹੀਂ ਪਤਾ ਜੀ ਉਹਦਾ ਵਹੀਕਲ ਖੜਾ ਇੱਥੇ ਵਰਦੀ ਪਾਈ ਹੋਈ ਸੀ ਜੀ ਉਹਦੀ ਬੈਲਟ ਮੈਂ ਕੱਢ ਕੇ ਪੀਸੀਆਰ ਦੇ ਮੁਲਾਜ਼ਮਾਂ ਨੂੰ ਦੇ ਕਿੰਨੇ ਜਣੇ ਸੀਗੇ ਉਹ ਕੱਲੇ ਹੀ ਸੀ ਦਰਵਾਜ਼ਾ ਵੀ ਖੋਲ ਦਰਵਾਜ਼ਾ ਜਦੋਂ ਮੈਂ ਆਇਆ ਉਦੋਂ ਮੁਲਾਜ਼ਮਾਂ ਨੇ ਖੋਲੇ ਸੀ ਅੱਛਾ ਉਹ ਖੋਲ ਕੇ ਸਾਰੇ ਇੱਥੇ ਡਿੱਗ ਚੁੱਕੇ ਸੀ मेरा नाम मणिकरण शर्मा है। मैं सहारा जन सेवा का मैंबर हाँ। सानू सहारा कंट्रोल रूम से एक कॉल आई थी परस रामनगर चौंक के पब्लिक बाथरूम के एक बंदा डिग्गया पिया। असी मौके से जाके देखा तो वह एक पुलिस मुलाजम सीगा। असी उन्हें सिविल होस्पिटल लेके आए हैं। बाकी पुलिस भी पहुँच गई तो डॉक्टर साहब उन्हें इंजैक्शन लग्या होया जी तो वो जेब च एक लाइटर जसप्रीत उहदा नाम है पुलिस लाइन ਦਾ ਮੁਲਾਜ਼ਮ ਕਿਹਾ ਹਾਲਾਤ ਉਹਦੇ ਗੰਭੀਰ ਹੀ ਹੈ ਜੀ ਇੱਕ ਸਾਰਾ ਜਨ ਸੇਵਾ ਦੇ ਵਰਕਰ ਸਾਡੇ ਕੋਲ ਇੱਕ ਪੁਲਿਸ ਮੁਲਾਜ਼ਮ ਨੂੰ ਲੈ ਕੇ ਆਏ ਨੇ ਇਹਦਾ ਨਾਂ ਜਸਪ੍ਰੀਤ ਸਿੰਘ ਹੈ ਅਤੇ ਪੁਲਿਸ ਲਾਈਨ 'ਚ ਇਹਦੀ ਤੈਨਾਤੀ ਹੈਗੀ ਇਹ ਬੰਦੇ ਨੇ ਮਤਲਬ ਕਿ ਚਿੱਟੇ ਦਾ ਟੀਕਾ ਲਾਇਆ ਹੋਇਆ ਸੀਗਾ ਅਤੇ ਬੇਹੋਸ਼ੀ ਦੀ ਹਾਲਤ ਵਿੱਚ ਹੈਗਾ ਇਹਦੀ ਹਾਲਤ ਕਾਫੀ ਜ਼ਿਆਦਾ ਸੀਰੀਅਸ ਹੈ ਅਸੀਂ ਨਾਲ ਦੀ ਨਾਲ ਪੁਲਿਸ ਲਾਈਨ 'ਚ ਇਨਫੋਰਮ ਕਰਤਾ ਪੁਲਿਸ ਲਾਈਨ ਦੇ ਉੱਤੋਂ ਜਿਹੜਾ ਲਾਈਨ ਅਫਸਰ ਹੈ ਉਹ ਖੁਦ ਆ ਗਿਆ ਇੱਥੇ ਅਤੇ ਅਸੀਂ ਉਹਨੂੰ ਇੱਕ ਵਾਰੀ ਮੁੱਢਲਾ ਟ੍ਰੀਟਮੈਂਟ ਦੇ ਕੇ ਰੈਫਰ ਕਰਤਾ ਹੈਗਾ ਇੱਥੇ ਕਿਸੇ ਵੀ ਉੱਚ ਸੰਸਥਾ 'ਚ ਜਿੱਥੇ ਵੈਂਟੀਲੇਟਰ ਦੀ ਸੁਵਿਧਾ ਹੋਵੇ ਨਹੀਂ ਸੀਰੀਅਸ ਆ ਜੀ ਉਹ ਸੋ ਕਿਤੇ ਨਾ ਕਿਤੇ ਇਹ ਉਹ ਸਰਕਾਰੀ ਦਾਅਵਿਆਂ ਦਾ ਕੌੜਾ ਸੱਚ ਹੈ ਜੋ 4 ਹਫ਼ਤਿਆਂ ਦੇ ਵਿੱਚ ਪੰਜਾਬ ਦੇ ਵਿੱਚ ਨਸ਼ੇ ਦਾ ਲੱਕ ਤੋੜਨ ਦੀ ਗੱਲ ਕਰਦੇ ਸੀ ਔਰ ਇਹ ਉਹ ਕੌੜਾ ਸੱਚ ਹੈ ਜੋ ਉਹਨਾਂ ਪੁਲਿਸ ਵਾਲਿਆਂ 'ਤੇ ਸਵਾਲ ਉਠਾ ਰਿਹਾ ਉਸ ਵਰਦੀ 'ਤੇ ਸਵਾਲ ਉਠਾ ਰਿਹਾ ਜਿਸਦੇ ਸਿਰ ਜ਼ਿੰਮੇਵਾਰੀ ਹੈ ਪੰਜਾਬ ਦੇ ਵਿੱਚੋਂ ਚਿੱਟੇ ਦਾ ਨਸ਼ਾ ਖਤਮ ਕਰਨ ਦੀ ਪੰਜਾਬ ਵਿੱਚ ਜੋ ਨਸ਼ੇ ਦਾ ਲੱਕ ਤੋੜਨ ਦੇ ਸਰਕਾਰੀ ਦਾਅਵਿਆਂ ਦਾ ਭਰੋਸਾ ਕਰਦੇ ਨੇ ਉਹਨਾਂ ਲੋਕਾਂ ਨੂੰ ਸਾਡੀ ਇਹ ਖਬਰ ਹਿਲਾ ਕੇ ਰੱਖ ਦੇਵੇਗੀ ਜ਼ਰੂਰ ਇਹ ਖਬਰ ਉਹਨਾਂ ਲੋਕਾਂ ਨੂੰ ਦੇਖਣੀ ਬਣਦੀ ਹੈ ਬਠਿੰਡਾ ਦੇ ਵਿੱਚ ਅੱਜ ਇੱਕ ਪੁਲਿਸ ਦਾ ਜਵਾਨ ਚਿੱਟੇ ਦੇ ਨਸ਼ੇ ਵਿੱਚ ਟੁੰਨ ਮਿਲਿਆ ਔਰ ਬੇਹੋਸ਼ੀ ਦੀ ਹਾਲਤ ਦੇ ਵਿੱਚ ਉਸ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਗਿਆ ਜਿੱਥੇ ਗੰਭੀਰ ਅਵਸਥਾ ਦੇ ਵਿੱਚ ਉਸ ਦਾ ਇਲਾਜ ਚੱਲ ਰਿਹਾ ਵਿਖਾਉਂਦੇ ਹਾਂ ਪੂਰੀ ਖਬਰ ਕੀ ਗੱਲ ਕੀ ਹੋਈ ਸੀ ਮੈਂ ਸਾਹਮਣੇ ਦੁਕਾਨ ਤੇ ਖੜਾ ਸੀ ਡੈਰੀ ਤੇ ਹਾਂ ਠੀਕ ਹੈ ਜੀ ਇਧਰੋਂ ਮੁਲਾਜ਼ਮਾਂ ਨੇ ਗੇਟ ਬੰਦ ਕੀਤਾ ਮੈਂ ਬਾਥਰੂਮ ਕਰਨ ਦੇ ਬਹਾਨੇ ਆਇਆ
देखा तो मुलाजमान ने गेट नहीं खोलिया। उदू बाद जो कर्मचारी इतों के उन्होंने गेट खोलिया तो मैं अंदर आया। इतने पुलिस पंजाब पुलिस का मुलाजम इतने पाया थी जी बाथरूम वाली जगह तो इंजैक्शन लग्या की लगे हुआ जी इंजैक्शन लगे आ गया वो आके सारा जनसेवा की टीम ने इंजैक्शन कटिया तो एम्बूलेंस पा के कितने ड्यूटी लग करता सी ड्यूटी का नहीं पता जी वह व्हीकल खड़ा इतने वर्दी पाई हुई वर्दी पाई हुई थी जी और बैल्ट मैं कट के पी सी आर मुलाजमान किन्ने जने कले दरवाजा भी खोलवाजा जो मैं आया उदो मुलाजमान ने खोल लिया जी। अच्छा वो खोल के सारे इतने डिग चुके थे। मेरा नाम मणिकरण शर्मा है। मैं सहारा जन सेवा का मैंबर हाँ। सानू सहारा कंट्रोल रूम से एक कॉल आई थी पर रामनगर चौंक के पब्लिक बाथरूम के एक बंदा डिग्गया हुआ। असी मौके से जाके देखा तो वह एक पुलिस मुलाजम सीगा। असी उन्हें सिविल होस्पिटल लेके आए हैं। बाकी पुलिस भी पहुँच गई तो डॉक्टर साहब उन्हें इंजैक्शन लग्या होया जी तो जेब च एक लाइटर जसप्रीत का नाम है पुलिस लाइन ਦਾ ਮੁਲਾਜ਼ਮ ਕਹਿੰਦਾ ਹਾਲਾਤ ਉਹਦੇ ਗੰਭੀਰ ਹੀ ਹੈ ਜੀ। ਇੱਕ ਸਾਰਾ ਜਨ ਸੇਵਾ ਦੇ ਵਰਕਰ ਸਾਡੇ ਕੋਲ ਇੱਕ ਪੁਲਿਸ ਮੁਲਾਜ਼ਮ ਨੂੰ ਲੈ ਕੇ ਆਏ ਨੇ। ਇਹਦਾ ਨਾਂ ਜਸਪ੍ਰੀਤ ਸਿੰਘ ਹੈ ਅਤੇ ਪੁਲਿਸ ਲਾਈਨ 'ਚ ਇਹਦੀ ਤੈਨਾਤੀ ਹੈਗੀ। ਇਹ ਬੰਦੇ ਨੇ ਮਤਲਬ ਕਿ ਚਿੱਟੇ ਦਾ ਟੀਕਾ ਲਾਇਆ ਹੋਇਆ ਸੀਗਾ ਅਤੇ ਬੇਹੋਸ਼ੀ ਦੀ ਹਾਲਤ ਵਿੱਚ ਹੈਗਾ। ਇਹਦੀ ਹਾਲਤ ਕਾਫੀ ਜ਼ਿਆਦਾ ਸੀਰੀਅਸ ਹੈ। ਅਸੀਂ ਨਾਲ ਦੀ ਨਾਲ ਪੁਲਿਸ ਲਾਈਨ 'ਚ ਇਨਫੋਰਮ ਕਰਤਾ। ਪੁਲਿਸ ਲਾਈਨ ਦੇ ਉੱਤੋਂ ਜਿਹੜਾ ਲਾਈਨ ਅਫਸਰ ਹੈ ਉਹ ਖੁਦ ਆ ਗਿਆ ਇੱਥੇ ਅਤੇ ਅਸੀਂ ਉਹਨੂੰ ਇੱਕ ਵਾਰੀ ਮੁੱਢਲਾ ਟ੍ਰੀਟਮੈਂਟ ਦੇ ਕੇ ਰੈਫਰ ਕਰਤਾ ਹੈਗਾ। ਇੱਥੇ ਕਿਸੇ ਵੀ ਉੱਚ ਸੰਸਥਾ 'ਚ ਜਿੱਥੇ ਵੈਂਟੀਲੇਟਰ ਦੀ ਸੁਵਿਧਾ ਹੋਵੇ ਨਹੀਂ ਸੀਰੀਅਸ ਆ ਜੀ ਉਹ। ਸੋ ਕਿਤੇ ਨਾ ਕਿਤੇ ਇਹ ਉਹ ਸਰਕਾਰੀ ਦਾਅਵਿਆਂ ਦਾ ਕੌੜਾ ਸੱਚ ਹੈ ਜੋ 4 ਹਫ਼ਤਿਆਂ ਦੇ ਵਿੱਚ ਪੰਜਾਬ ਦੇ ਵਿੱਚ ਨਸ਼ੇ ਦਾ ਲੱਕ ਤੋੜਨ ਦੀ ਗੱਲ ਕਰਦੇ ਸੀ। ਔਰ ਇਹ ਉਹ ਕੌੜਾ ਸੱਚ ਹੈ ਜੋ ਉਹਨਾਂ ਪੁਲਿਸ ਵਾਲਿਆਂ 'ਤੇ ਸਵਾਲ ਉਠਾ ਰਿਹਾ ਹੈ, ਉਸ ਵਰਦੀ 'ਤੇ ਸਵਾਲ ਉਠਾ ਰਿਹਾ ਹੈ ਜਿਸਦੇ ਸਿਰ ਜ਼ਿੰਮੇਵਾਰੀ ਹੈ ਪੰਜਾਬ ਦੇ ਵਿੱਚੋਂ ਚਿੱਟੇ ਦਾ ਨਸ਼ਾ ਖਤਮ ਕਰਨ ਦੀ। ਪੰਜਾਬ ਵਿੱਚ ਜੋ ਨਸ਼ੇ ਦਾ ਲੱਕ ਤੋੜਨ ਦੇ ਸਰਕਾਰੀ ਦਾਅਵਿਆਂ ਦਾ ਭਰੋਸਾ ਕਰਦੇ ਨੇ ਉਹਨਾਂ ਲੋਕਾਂ ਨੂੰ ਸਾਡੀ ਇਹ ਖਬਰ ਹਿਲਾ ਕੇ ਰੱਖ ਦੇਵੇਗੀ। ਜ਼ਰੂਰ ਇਹ ਖਬਰ ਉਹਨਾਂ ਲੋਕਾਂ ਨੂੰ ਦੇਖਣੀ ਬਣਦੀ ਹੈ। ਬਠਿੰਡਾ ਦੇ ਵਿੱਚ ਅੱਜ ਇੱਕ ਪੁਲਿਸ ਦਾ ਜਵਾਨ ਚਿੱਟੇ ਦੇ ਨਸ਼ੇ ਵਿੱਚ ਟੁੰਨ ਮਿਲਿਆ ਔਰ ਬੇਹੋਸ਼ੀ ਦੀ ਹਾਲਤ ਦੇ ਵਿੱਚ ਉਸ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਗਿਆ ਜਿੱਥੇ ਗੰਭੀਰ ਅਵਸਥਾ ਦੇ ਵਿੱਚ ਉਸਦਾ ਇਲਾਜ ਚੱਲ ਰਿਹਾ ਹੈ। ਵਿਖਾਉਂਦੇ ਹਾਂ ਪੂਰੀ ਖਬਰ। ਕੀ ਗੱਲ ਕੀ ਹੋਈ ਸੀ? ਮੈਂ ਸਾਹਮਣੇ ਦੁਕਾਨ 'ਤੇ ਖੜਾ ਸੀ ਡੇਰੀ 'ਤੇ। ਹਾਂ ਠੀਕ ਹੈ ਜੀ। ਇੱਧਰੋਂ ਮੁਲਾਜ਼ਮਾਂ ਨੇ ਗੇਟ ਬੰਦ ਕੀਤਾ, ਮੈਂ ਬਾਥਰੂਮ ਕਰਨ ਦੇ ਬਹਾਨੇ ਆਇਆ, ਦੇਖਿਆ ਤਾਂ ਮੁਲਾਜ਼ਮਾਂ ਨੇ ਗੇਟ ਨਹੀਂ ਖੋਲਿਆ। ਉਦੋਂ ਬਾਅਦ ਜਿਹੜੇ ਕਰਮਚਾਰੀ ਇੱਥੋਂ ਦੇ ਉਹਨਾਂ ਨੇ ਗੇਟ ਖੋਲਿਆ ਅਤੇ ਮੈਂ ਅੰਦਰ ਆਇਆ। ਇੱਥੇ ਪੁਲਿਸ ਪੰਜਾਬ ਪੁਲਿਸ ਦਾ ਮੁਲਾਜ਼ਮ ਇੱਥੇ ਪਿਆ ਸੀਗਾ ਜਿਹਦੀ ਬਾਥਰੂਮ ਵਾਲੀ ਜਗ੍ਹਾ 'ਤੇ ਇੰਜੈਕਸ਼ਨ ਲੱਗਿਆ ਹੋਇਆ। ਕੀ ਲੱਗਿਆ ਹੋਇਆ ਸੀ? ਇੰਜੈਕਸ਼ਨ ਲੱਗਿਆ ਹੋਇਆ ਸੀ। ਉਹ ਆ ਕੇ ਸਾਰਾ ਜਨਸੇਵਾ ਦੀ ਟੀਮ ਨੇ ਇੰਜੈਕਸ਼ਨ ਕੱਢਿਆ ਅਤੇ ਉਹ ਐਂਬੂਲੈਂਸ 'ਚ ਪਾ ਕੇ ਕਿੱਥੇ ਡਿਊਟੀ ਲੱਗ ਕਰਦਾ ਸੀਗਾ? ਉਹ ਡਿਊਟੀ ਤਾਂ ਨਹੀਂ ਪਤਾ ਜੀ, ਉਹਦਾ ਵਹੀਕਲ ਖੜਾ ਇੱਥੇ ਵਰਦੀ ਪਾਈ ਹੋਈ ਸੀ। ਵਰਦੀ ਪਾਈ ਹੋਈ ਸੀ ਜੀ। ਉਹਦੀ ਬੈਲਟ ਮੈਂ ਕੱਢ ਕੇ ਪੀ ਸੀ ਆਰ ਦੇ ਮੁਲਾਜ਼ਮਾਂ ਨੂੰ ਦਿੱਤੀ। ਕਿੰਨੇ ਜਣੇ ਸੀਗੇ? ਉਹ ਇਕੱਲੇ ਹੀ। ਦਰਵਾਜ਼ਾ ਵੀ ਖੋਲ ਦਰਵਾਜ਼ਾ ਜਦੋਂ ਮੈਂ ਆਇਆ ਉਦੋਂ ਮੁਲਾਜ਼ਮਾਂ ਨੇ ਖੋਲ੍ਹਿਆ ਜੀ। ਅੱਛਾ ਉਹ ਖੋਲ੍ਹ ਕੇ ਸਾਰੇ ਇੱਥੇ ਡਿੱਗ ਚੁੱਕੇ ਸੀ। ਮੇਰਾ ਨਾਮ ਮਣੀਕਰਨ ਸ਼ਰਮਾ ਹੈ। ਮੈਂ ਸਹਾਰਾ ਜਨ ਸੇਵਾ ਦਾ ਮੈਂਬਰ ਹਾਂ। ਸਾਨੂੰ ਸਹਾਰਾ ਕੰਟਰੋਲ ਰੂਮ 'ਤੇ ਇੱਕ ਕਾਲ ਆਈ ਸੀਗੀ ਪਰ ਰਾਮਨਗਰ ਚੌਂਕ ਦੇ ਵਿੱਚ ਪਬਲਿਕ ਬਾਥਰੂਮ ਦੇ ਵਿੱਚ ਇੱਕ ਬੰਦਾ ਡਿੱਗਿਆ ਹੋਇਆ। ਅਸੀਂ ਮੌਕੇ 'ਤੇ ਜਾ ਕੇ ਦੇਖਿਆ ਤਾਂ ਉਹ ਇੱਕ ਪੁਲਿਸ ਮੁਲਾਜ਼ਮ ਸੀਗਾ। ਅਸੀਂ ਉਹਨੂੰ ਸਿਵਲ ਹੋਸਪਿਟਲ ਲੈ ਕੇ ਆਏ ਹਾਂ। ਬਾਕੀ ਪੁਲਿਸ ਵੀ ਪਹੁੰਚ ਗਈ ਅਤੇ ਡਾਕਟਰ ਸਾਹਿਬ ਉਹਦੇ ਇੰਜੈਕਸ਼ਨ ਲੱਗਿਆ ਹੋਇਆ ਸੀਗਾ ਜੀ ਅਤੇ ਉਹਦੀ ਜੇਬ 'ਚ ਇੱਕ ਲਾਈਟਰ ਜਸਪ੍ਰੀਤ ਉਹਦਾ ਨਾਮ ਹੈ ਪੁਲਿਸ ਲਾਈਨ ਦਾ ਮੁਲਾਜ਼ਮ ਕਹਿੰਦਾ। ਹਾਲਾਤ ਉਹਦੇ ਗੰਭੀਰ ਹੀ ਹੈ ਜੀ। ਇੱਕ ਸਾਰਾ ਜਨ ਸੇਵਾ ਦੇ ਵਰਕਰ ਸਾਡੇ ਕੋਲ ਇੱਕ ਪੁਲਿਸ ਮੁਲਾਜ਼ਮ ਨੂੰ ਲੈ ਕੇ ਆਏ ਨੇ। ਇਹਦਾ ਨਾਂ ਜਸਪ੍ਰੀਤ ਸਿੰਘ ਹੈ ਅਤੇ ਪੁਲਿਸ ਲਾਈਨ 'ਚ ਇਹਦੀ ਤੈਨਾਤੀ ਹੈਗੀ। ਇਹ ਬੰਦੇ ਨੇ ਮਤਲਬ ਕਿ ਚਿੱਟੇ ਦਾ ਟੀਕਾ ਲਾਇਆ ਹੋਇਆ ਸੀਗਾ ਅਤੇ ਬੇਹੋਸ਼ੀ ਦੀ ਹਾਲਤ ਵਿੱਚ ਹੈਗਾ। ਇਹਦੀ ਹਾਲਤ ਕਾਫੀ ਜ਼ਿਆਦਾ ਸੀਰੀਅਸ ਹੈ। ਅਸੀਂ ਨਾਲ ਦੀ ਨਾਲ ਪੁਲਿਸ ਲਾਈਨ 'ਚ ਇਨਫੋਰਮ ਕਰਤਾ। ਪੁਲਿਸ ਲਾਈਨ ਦੇ ਉੱਤੋਂ ਜਿਹੜਾ ਲਾਈਨ ਅਫਸਰ ਹੈ ਉਹ ਖੁਦ ਆ ਗਿਆ ਇੱਥੇ ਅਤੇ ਅਸੀਂ ਉਹਨੂੰ ਇੱਕ ਵਾਰੀ ਮੁੱਢਲਾ ਟ੍ਰੀਟਮੈਂਟ ਦੇ ਕੇ ਰੈਫਰ ਕਰਤਾ ਹੈਗਾ। ਇੱਥੇ ਕਿਸੇ ਵੀ ਉੱਚ ਸੰਸਥਾ 'ਚ ਜਿੱਥੇ ਵੈਂਟੀਲੇਟਰ ਦੀ ਸੁਵਿਧਾ ਹੋਵੇ ਨਹੀਂ ਸੀਰੀਅਸ ਆ ਜੀ ਉਹ। ਸੋ ਕਿਤੇ ਨਾ ਕਿਤੇ ਇਹ ਉਹ ਸਰਕਾਰੀ ਦਾਅਵਿਆਂ ਦਾ ਕੌੜਾ ਸੱਚ ਹੈ ਜੋ 4 ਹਫ਼ਤਿਆਂ ਦੇ ਵਿੱਚ ਪੰਜਾਬ ਦੇ ਵਿੱਚ ਨਸ਼ੇ ਦਾ ਲੱਕ ਤੋੜਨ ਦੀ ਗੱਲ ਕਰਦੇ ਸੀ। ਔਰ ਇਹ ਉਹ ਕੌੜਾ ਸੱਚ ਹੈ ਜੋ ਉਹਨਾਂ ਪੁਲਿਸ ਵਾਲਿਆਂ 'ਤੇ ਸਵਾਲ ਉਠਾ ਰਿਹਾ ਹੈ, ਉਸ ਵਰਦੀ 'ਤੇ ਸਵਾਲ ਉਠਾ ਰਿਹਾ ਹੈ ਜਿਸਦੇ ਸਿਰ ਜ਼ਿੰਮੇਵਾਰੀ ਹੈ ਪੰਜਾਬ ਦੇ ਵਿੱਚੋਂ ਚਿੱਟੇ ਦਾ ਨਸ਼ਾ ਖਤਮ ਕਰਨ ਦੀ। ਪੰਜਾਬ ਵਿੱਚ ਜੋ ਨਸ਼ੇ ਦਾ ਲੱਕ ਤੋੜਨ ਦੇ ਸਰਕਾਰੀ ਦਾਅਵਿਆਂ ਦਾ ਭਰੋਸਾ ਕਰਦੇ ਨੇ ਉਹਨਾਂ ਲੋਕਾਂ ਨੂੰ ਸਾਡੀ ਇਹ ਖਬਰ ਹਿਲਾ ਕੇ ਰੱਖ ਦੇਵੇਗੀ। ਜ਼ਰੂਰ ਇਹ ਖਬਰ ਉਹਨਾਂ ਲੋਕਾਂ ਨੂੰ ਦੇਖਣੀ ਬਣਦੀ ਹੈ।
बठिंडा दे विच अज एक पुलिस का जवान चिट्टे दे नशे विच टुन मिलिया और बेहोशी की हालत दे विच उसनु हस्पताल दे विच दाखिल कराया गया जिथे गंभीर अवस्था दे विच उसका इलाज चल रहा है। विखाने आ पूरी खबर की गल की हुई सी। मैं सामने दुकान ते खड़ा सी डेरी ते, हां ठीक है जी, इधरों मुलाजमां ने गेट बंद किया, मैं बाथरूम करन दे बहाने आया, देखिया तां मुलाजमां ने गेट नहीं खोलिया, उदों बाद जिहड़े कर्मचारी इत्थों दे उन्होंने गेट खोलिया ते मैं अंदर आया, ट्रैफिक पुलिस पंजाब पुलिस दा मुलाजम इत्थे पिया सीगा जिहदी बाथरूम वाली जगह ते इंजैक्शन लग्गिया होया सी। की लग्गिया होया सी? इंजैक्शन लग्गिया होया सी। ओ आ के सारा कर्मचारी वाली टीम ने इंजैक्शन कढ़िया ते ओ एंबुलेंस पा के गए। कितने ड्यूटी लग करता सी? ड्यूटी का नहीं पता जी, वह व्हीकल खड़ा इतने, वर्दी पाई हुई थी, वर्दी पाई हुई थी जी, वो बैल्ट मैं कट के पीसीआर के मुलाजमान दे। किन्ने जने सी? वो कल्ले ही थे। दरवाजा भी खोल, दरवाजा जब मैं आया उदो मुलाजमान ने खोले। अच्छा, वो खोल के सारे इतने डिग चुके थे। मेरा नाम मणिकरण शर्मा है, मैं सहारा जन सेवा का मैंबर हाँ। सानू सहारा कंट्रोल रूम से एक कॉल आई थी पर शाम नगर चौंक के पब्लिक बाथरूम के एक बंदा डिग्गया पिया, असी मौके से जाके देखा तो वह एक पुलिस मुलाजम सीगा, असी उन्हें सिविल हॉस्पिटल लेके आए हैं, बाकी पुलिस भी पहुँच गई तो डॉक्टर साहब उन्हें इंजैक्शन लग्या होया सीगा जी, तो वो जेब च एक लाइटर, जसप्रीत उहदा नाम है, पुलिस लाइन का मुलाजम कह, हालात वो गंभीर ही है जी। एक सारा जन सेवा के वर्कर साढ़े को एक पुलिस मुलाजम लेके आए ने, इहदा नाम जसप्रीत सिंह है, तो पुलिस लाइन च इहदी तैनाती हैगी। बंदे ने मतलब कि चिट्टे का टीका लाया होया सीगा, बेहोशी की हालत विच हैगा, इहदी हालत काफ़ी ज़्यादा सीरीयस है, असी नाल दी नाल पुलिस लाइन च इनफॉर्म करता, पुलिस लाइन के उत्तों जिहड़ा लाइन अफसर है वह खुद आ गया इत्थे, तो असी उहनूं एक बार मुढ़ला ट्रीटमेंट दे के रैफर करता है। इत्थे किसी भी उच्च संस्था जिथे वेंटीलेटर की सुविधा होवे, नहीं सीरीयस है जी। सो किते ना किते ये वो सरकारी दावियां दा कौड़ा सच है जो चार हफ्तियां दे विच पंजाब दे विच नशे दा लक तोड़न दी गल करदे सी, और ये वो कौड़ा सच है जो उन्हां पुलिस वालियां ते सवाल उठा रहा है, उस वर्दी ते सवाल उठा रहा है जिसके सिर जिम्मेवारी है पंजाब दे विचों चिट्टे दा नशा खत्म करन दी। पंजाब विच जो नशे दा लक तोड़न दे सरकारी दावियां दा भरोसा करदे ने, उन्हां लोकां नूं साडी ये खबर हिला के रख देवेगी, जरूर ये खबर उन्हां लोकां नूं देखनी बनती है। बठिंडा दे विच अज एक पुलिस का जवान चिट्टे दे नशे विच टुन मिलिया और बेहोशी की हालत दे विच उसनू हस्पताल दे विच दाखिल कराया गया जिथे गंभीर अवस्था दे विच उसका इलाज चल रहा है। विखाने आ पूरी खबर। की गल की हुई सी? मैं सामने दुकान ते खड़ा सी डेरी ते, हां ठीक है जी, इधरों मुलाजमां ने गेट बंद किया, मैं बाथरूम करन दे बहाने आया, देखिया तां मुलाजमां ने गेट नहीं खोलिया, उदों बाद जिहड़े कर्मचारी इत्थों दे उन्होंने गेट खोलिया ते मैं अंदर आया, ट्रैफिक पुलिस पंजाब पुलिस दा मुलाजम इत्थे पिया सीगा जिहदी बाथरूम वाली जगह ते इंजैक्शन लग्गिया होया सी। की लग्गिया होया सी? इंजैक्शन लग्गिया होया सी। ओ आ के सारा कर्मचारी वाली टीम ने इंजैक्शन कढ़िया ते ओ एंबुलेंस पा के गए। कितने ड्यूटी लग करता सी? ड्यूटी का नहीं पता जी, वह व्हीकल खड़ा इतने, वर्दी पाई हुई थी, वर्दी पाई हुई थी जी, वो बैल्ट मैं कट के पीसीआर के मुलाजमान दे। किन्ने जने सी? वो कल्ले ही थे। दरवाजा भी खोल, दरवाजा जब मैं आया उदो मुलाजमान ने खोले। अच्छा, वो खोल के सारे इतने डिग चुके थे। मेरा नाम मणिकरण शर्मा है, मैं सहारा जन सेवा का मैंबर हाँ। सानू सहारा कंट्रोल रूम से एक कॉल आई थी पर शाम नगर चौंक के पब्लिक बाथरूम के एक बंदा डिग्गया पिया, असी मौके से जाके देखा तो वह एक पुलिस मुलाजम सीगा, असी उन्हें सिविल हॉस्पिटल लेके आए हैं, बाकी पुलिस भी पहुँच गई तो डॉक्टर साहब उन्हें इंजैक्शन लग्या होया सीगा जी, तो वो जेब च एक लाइटर, जसप्रीत उहदा नाम है, पुलिस लाइन दा मुलाजम कह, हालात वो गंभीर ही है जी। एक सारा जन सेवा के वर्कर साढ़े को एक पुलिस मुलाजम लेके आए ने, इहदा नाम जसप्रीत सिंह है, तो पुलिस लाइन च इहदी तैनाती हैगी। बंदे ने मतलब कि चिट्टे का टीका लाया होया सीगा, बेहोशी की हालत विच हैगा, इहदी हालत काफ़ी ज़्यादा सीरीयस है, असी नाल दी नाल पुलिस लाइन च इनफॉर्म करता, पुलिस लाइन के उत्तों जिहड़ा लाइन अफसर है वह खुद आ गया इत्थे, तो असी उहनूं एक बार मुढ़ला ट्रीटमेंट दे के रैफर करता है। इत्थे किसी भी उच्च संस्था जिथे वेंटीलेटर की सुविधा होवे, नहीं सीरीयस है जी। सो किते ना किते ये वो सरकारी दावियां दा कौड़ा सच है जो चार हफ्तियां दे विच पंजाब दे विच नशे दा लक तोड़न दी गल करदे सी, और
ये वो कौड़ा सच है जो उन्होंने पुलिस वालों पर सवाल उठा रहा है, उस वर्दी पर सवाल उठा रहा है जिसके सिर जिम्मेवारी है पंजाब दे विच्चों चिट्टे का नशा खत्म करने की। पंजाब विच जो नशे का लक तोड़न के सरकारी दावें का भरोसा करते हैं उन्होंने साड़ी ये खबर हिला के रख देगी, जरूर ये खबर उन्होंने देखनी बनती है। बठिंडा दे विच अज एक पुलिस का जवान चिट्टे दे नशे विच टुन मिले और बेहोशी की हालत दे विच उसनू हस्पताल दे विच दाखिल कराया गया जिथे गंभीर अवस्था दे विच उसका इलाज चल रहा है।